ਵਾਪਸ ਆਏ ਅਤੇ ਫਰਮਾਇਆ ਜਲਦੀ ਕਰਨਾ, ਮਸਜਿਦ 'ਚ ਜਾ ਕੇ ਨਮਾਜ਼ ਪੜ੍ਹਨੀ। ਤੋ ਜਿਸ ਵੇਲੇ ਮਦੀਨੇ ਸ਼ਰੀਫ ਦੇ ਕਰੀਬ ਆਏ ਨਾ ਅਤੇ ਪਿੱਛੋਂ ਬੜੇ ਤੇਜ਼ ਆਏ ਤਾਂ ਫਿਰ ਆਹਿਸਤਾ ਆਹਿਸਤਾ ਤੁਰਨਾ ਸ਼ੁਰੂ ਕਰਤਾ। ਮੁਸਾਫਾ ਨੇ ਅਰਜ਼ ਕੀਤੀ, ਪਿੱਛੋਂ ਪਿੱਛੋਂ ਤੇਜ਼ ਆਏ, ਹੁਣ ਤੁਸੀਂ ਆਹਿਸਤਾ ਆਹਿਸਤਾ ਸ਼ੁਰੂ, ਬਹੁਤ ਆਹਿਸਤਾ ਤੱਕ ਚੱਲਦੇ। ਅਤੇ ਫਰਮਾਇਆ ਅੱਗੇ ਜੇ ਹੈ, ਅੱਗੇ ਇੱਕ ਬਜ਼ੁਰਗ ਸ਼ਖਸ ਉਹਨੇ ਲਾਠੀ ਫੜੀ ਅਤੇ ਉਹਦੇ ਸਾਰੇ ਦਿਨ ਆਹਿਸਤਾ 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 ਚਲਿਆ ਜਾ ਰਿਹਾ ਬੜਾ ਪਾਇਆ। ਇੱਕ ਸਾਹਬੀ ਕਹਿਣ ਯਾ ਨਬੀ ਅੱਲਾ ਹੈ ਤਾਂ ਯਹੂਦੀ ਹੈ, ਤੂੰ ਸਰਕਾਰ ਵੇਖਣ ਪੈ ਗਿਆ ਨਾਰਾਜ਼। ਕਹਿੰਦੇ ਫਿਰ ਕੀ ਹੈ, ਯਹੂਦੀ ਹੈ ਅਤੇ ਮੇਰੇ ਉਮਰ 'ਚ ਬੜਾ ਹੈ, ਇਸ ਵਾਸਤੇ ਅਗਰ ਮੈਂ ਇਹਦੇ ਅੱਗੇ ਹੋਵਾਂਗਾ ਤਾਂ ਮੇਰੀ ਇਹਨੂੰ ਪਛਾੜੀ ਜਾਵੇ। ਉੱਥੇ ਯਾਨੀ ਆਹਿਸਤਾ ਆਹਿਸਤਾ ਚੱਲ ਕੇ ਨਮਾਜ਼ ਖਜ਼ਾ ਕਰ ਦਿੱਤੀ, ਲੇਕਿਨ ਉਹਦੇ ਵਾਸਤੇ ਪਰੇਸ਼ਾਨੀ ਦਾ ਸਮਾਂ ਬਣੀ ਬਣਿਆ। ਉਹ ਜਿਹੜਾ ਸੀਗਾ ਉਹ ਯਹੂਦੀ, ਉਹਨੇ ਗੱਲ ਸਾਰੀ ਸੁਣ ਵਾਪਸ ਮੁੜਿਆ, ਫੋਟਾ ਰੱਖਿਆ ਸਰਕਾਰ ਦੇ ਸਾਹਮਣੇ, ਕਹਿੰਦਾ ਯਾ ਨਬੀ ਅੱਲਾ ਮੈਂ ਕਸਮ ਚੱਕਦਾ ਅਤੇ ਕੋਈ ਸੱਚਾ ਨਬੀ, ਤੂੰ ਛੇਤੀ ਕਰ ਮੈਨੂੰ ਕਲਮਾ ਪੜਾ। ਉਹ ਹਜ਼ੂਰ ਨੇ ਕਲਮਾ ਪੜਾ ਤਾਂ ਮੁਸਲਮਾਨ ਹੋ ਗਿਆ। ਇੱਕ ਸਾਹਬੀ ਨੇ ਪੁੱਛਿਆ ਯਾ ਕੋਈ ਦੋਸਤ ਆ ਤੇਰੇ ਕੋਲ ਕਈ ਵਾਰੀ ਦਾਵਤ ਲੈ ਕੇ ਗਿਆ ਸੀ ਵੀ ਤੂੰ ਮੁਸਲਮਾਨ ਬੇਟਾ, ਤੂੰ ਤਾਂ ਹੋਇਆ ਅੱਜ ਤੈਨੂੰ ਕੀ ਹੈ। ਕਹਿਣ ਲੱਗਾ ਇਸ ਇਖਲਾਕ ਦਾ, ਇਸ ਮੁਹੱਬਤ ਦਾ ਦਾਅਵੇਦਾਰ ਨਬੀ ਤੋਂ ਇਲਾਵਾ ਹੋ ਹੀ ਨਹੀਂ ਸਕਦਾ। ਆਪਾਂ ਐਸੇ ਨਬੀ ਦੀ ਉਮਤ ਹੀ ਹੈ ਜਿਹਨਾਂ ਦੇ ਵਿੱਚ ਪਿਆਰ ਹੈ, ਮੁਹੱਬਤ ਹੈ, ਅੱਲਾਹ ਦੀ ਮਖਲੂਕ ਨਾਲ ਪਿਆਰ ਹੈ। ਆਏ ਉਸ ਜਿਹੜੀ ਇਹ ਵੀ ਇਸੇ ਦੀ ਇੱਕ ਸ਼ਕਲ ਹੈ ਕਿ ਪਿਆਰ ਕਰੀਏ, ਮੁਹੱਬਤ ਕਰੀਏ, ਇੱਕ ਦੂਸਰੇ ਦੇ ਨਾਲ ਇੱਕ ਦੂਸਰੇ ਦਾ ਅਹਿਸਾਸ ਕਰੀਏ। ਨਫ਼ਰਤਾਂ ਨਹੀਂ, ਨਫ਼ਰਤ ਸਿਰਫ ਜ਼ਿੰਦਗੀ ਦੀ ਇੱਕ ਸ਼ਕਸ ਨੂੰ ਇੱਕ ਚੀਜ਼ ਨਾ ਕਰੋ, ਬੰਦੇ ਨਾ ਨਹੀਂ, ਬੰਦੇ ਦੀ ਬੁਰਾਈ ਨਾ ਕਰੋ, ਬੰਦੇ ਦੀ ਬੁਰਾਈ ਨਾ ਕਰੋ, ਉਹ ਬੁਰਾਈ ਦੀ ਇਸਲਾਹ ਦੀ ਕੋਸ਼ਿਸ਼ ਕਰੋ। ਕਿਉਂਕਿ ਇਨਸਾਨ ਤਾਂ ਸਾਰੇ ਉਸੇ ਦੇ ਬਣਾਏ ਹੈ, ਅੱਗੇ ਅਮਾਲ ਹੈ ਨਾ, ਅਮਾਲ ਕਿਸੇ ਦੀ ਕੁਛ ਭੈੜੀ ਮਿਲੀ, ਕਿਸੇ ਨੂੰ ਭੈੜਾ ਹੋ ਗਿਆ, ਕਿਸੇ ਨੂੰ ਚੰਗੀ ਮਿਲੀ ਉਹ ਚੰਗਾ ਹੋ ਗਿਆ, ਅਤੇ ਉਹਦੀ ਉਹਨੂੰ ਬਦਲਣ ਦੀ ਕੋਸ਼ਿਸ਼ ਕਰੋ, ਨਾ ਸਿਰਫ ਇਹ ਉਹਦੇ ਨਾਲ ਤੁਸੀਂ ਨਫ਼ਰਤ ਕਰੋ। ਇਹੀ ਫਕੀਰ ਦੇ ਦਰਸ ਹੈ ਔਰ ਇਹੀ ਅਸਲ ਤੋਂ ਲੈ ਕੇ ਅਮਰ ਤੱਕ ਪੈਗਾਮ, ਕੋਸ਼ਿਸ਼ ਕਰੋ ਕਿ ਚੰਗੀ ਗੁਜ਼ਰ ਜਾਏ, ਚੰਗੀ ਗੁਜ਼ਰ।